ਦਿੱਲੀ ਦੇ ਨਵੇਂ ਸੀਐਮ ਦਾ ਐਲਾਨ ਹੋ ਗਿਆ ਹੈ। ਤਾਂ ਦੱਸ ਦਈਏ ਕਿ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦਿੱਤਾ ਜਾਣਾ ਹੈ ਤੇ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ। ਤਾਂ ਦਿੱਲੀ ਦਾ ਨਵਾਂ ਸੀਐਮ ਹੁਣ ਆਤਸ਼ੀ ਹੋਣਗੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਨੂੰ ਨਵਾਂ ਸੀਐਮ ਮਿਲ ਚੁੱਕਾ ਹੈ ਅਤੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਹੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਮ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਜਿਸ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਮੋਹਰ ਵੀ ਲੱਗ ਚੁੱਕੀ ਹੈ। ਤਾਂ ਦਿੱਲੀ ਦੇ ਨਵੇਂ ਸੀਐਮ ਹੁਣ ਆਤਸ਼ੀ ਹੋਣਗੇ। ਦੱਸ ਦਈਏ ਕਿ ਇਸ ਸਮੇਂ ਉਹ ਦਿੱਲੀ ਦੇ ਵਿੱਚ ਜਲ ਮੰਤਰੀ ਨੇ ਅਤੇ ਲਗਾਤਾਰ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਦਾ ਵਿਰੋਧ ਜੋ ਹੈ ਆਤਸ਼ੀ ਦੇ ਵੱਲੋਂ ਕੀਤਾ ਗਿਆ ਸੀ ਤੇ ਹੁਣ ਆਤਸ਼ੀ ਜੋ ਨੇ ਉਹ ਦਿੱਲੀ ਦੇ ਨਵੇਂ ਸੀਐਮ ਹੋਣਗੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਦੇ ਸੀਐਮ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਠੀਕ 2 ਦਿਨ ਪਹਿਲਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਆਪਣਾ ਅਸਤੀਫਾ ਦੇਣ ਜਾ ਰਹੇ ਨੇ। ਹਾਲਾਂਕਿ ਜੇਲ੍ਹ ਦੇ ਵਿੱਚੋਂ ਹੁਣੀ ਹੁਣੀ ਉਹਨਾਂ ਦੀ ਰਿਹਾਈ ਹੋਈ ਹੈ। ਰਿਹਾਈ ਜੋ ਹੈ ਉਹ ਕੁਝ ਸ਼ਰਤਾਂ ਲਾ ਕੇ ਹੋਈ ਹੈ, ਜਿਸ ਤੋਂ ਬਾਅਦ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇਣ ਦਾ ਜੋ ਸੀ ਐਲਾਨ ਕਰ ਦਿੱਤਾ ਗਿਆ ਸੀ। ਤਾਂ ਚੱਲਦੇ ਸਮਾਗਮ ਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਠੀਕ 2 ਦਿਨ ਬਾਅਦ ਉਹ ਦਿੱਲੀ ਦੇ ਐਲਜੀ ਨੂੰ ਆਪਣਾ ਅਸਤੀਫਾ ਸੌਂਪਣਗੇ। ਅਤੇ ਅੱਜ ਵਿਧਾਇਕ ਦਲ ਦੀ ਇਹ ਬੈਠਕ ਚੱਲ ਰਹੀ ਸੀ ਜਿਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਕਿ ਦਿੱਲੀ ਦੇ ਸੀਐਮ ਹੁਣ ਆਤਸ਼ੀ ਹੋਣਗੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਨੂੰ ਆਪਣਾ ਅੱਜ ਨਵਾਂ ਸੀਐਮ ਮਿਲ ਚੁੱਕਾ ਹੈ। ਦਿੱਲੀ ਦੇ ਸੀਐਮ ਦੇ ਵਜੋਂ ਹੁਣ ਅਹੁਦਾ ਸੰਭਾਲਣਗੇ ਆਤਸ਼ੀ। ਤਾਂ ਦੱਸ ਦਈਏ ਕਿ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦਿੱਤਾ ਜਾਵੇਗਾ।